शॉर्ट कितने सर। मेरा नाम महकप्रीत सिंह है जी, तो साडा पिंड डेरी बस्ती माखनपुर साड़ी ग्राम पंचायत है। सर जे गल करिए, 4.5 साल हो गया सरपंच तो पंचायत बनी दी हुई, तुहाडे पिंड कितना का विकास हो गया, कितना का रह चुका काम, जिहड़े की कहना चाहते हो बंदे? सर साड़ी पंचायत बनी नूं 4.5 साल हो गया, इहदे विच तकरीबन 75% साडे पिंड दा जो विकास आ उह हो चुका वा। पहलां इस तों पहलां टर्मां दे विच साडे 0% भी कोई विकास नहीं होया, तो इस टर्म के 75% साढ़े काम हो गए। तो साड़ी पंजाब सरकार नू गुजारिश आ कि साढ़े सरपंच साहब जी का साथ दिता जाए, तो जिहड़े रहिंदे कारज आ वह भी छेती तो छेती पूरे किए। सर तुहानू की लगता कि पहला भी इत्थे पंचायत हुंदी सी, पहला क्यों नहीं काम होए, जिहड़े हुण जे 75% पहली बार पंचायत बनी तुहाडे पिंड च ते 75% काम होया, की कहना चाहते हो बारे? वेखो ये तो अणगहलियां हुंदियां सरपंचां दियां आपो अपनियां, क्यों साड़ी जिहड़ी ये पंचायत आ ते पहला 2 पिंडां दी कट्ठी सीगी, तो इस करके जिहड़े पहले सरपंच सीगे वो अपने उधर लाउंदे रहे आ ते इधर ध्यान नहीं दिता। कि तुहानू की लगता कि अगली बारी टर्न जे सरपंच है तुहाडे ते तुहानू इही सरपंच चाहिदा जां फिर बदलोगे कोई? नहीं, जिस हिसाब नाल ये काम कर रहे आ असीं ते गुजारिश करदे आ भी इहो ही गाड़ी आउण अपना। हाँ जी, सर्वसंमति नाल ही इलैक्शन ये चुने गए ने, ते असीं अगे भी इहो चाहुंदे आ भी चलो सर्वसंमति हो जाए सब तों वधिया ਇਹਦੇ ਨਾਲ ਚੁਣੇ ਜਾਣ। ਜੀ ਆਂਟੀ ਕੀ ਨਾਮ ਆਪਣਾ? ਮੇਰਾ ਨਾਮ ਲਖਵਿੰਦਰ ਕੌਰ। ਆਂਟੀ ਕੀ ਕਹਿਣਾ ਚਾਹੁੰਦੇ, ਤੁਹਾਡੇ ਪਿੰਡ 'ਚ ਕਿੰਨੇ ਕੁ ਜੇ ਕੰਮ ਹੋ ਚੁੱਕੇ ਆ ਅਤੇ ਕਿੰਨੇ ਕੁ ਵਿਕਾਸ ਰਹਿ ਗਿਆ? ਜੇ ਗੱਲ ਕਰੀਏ ਗਲੀਆਂ ਨਾਲੀਆਂ ਦੀ, ਕਿੰਨੇ ਕੁ ਕੰਮ ਤੁਹਾਡੇ ਪਿੰਡ ਹੋ ਚੁੱਕੇ? ਸਾਡੇ ਪਿੰਡ ਦਾ ਬਹੁਤ ਜ਼ਿਆਦਾ ਅੱਗੇ ਨਾਲੋਂ ਵਿਕਾਸ ਹੋਇਆ, ਥੋੜ੍ਹਾ ਨਹੀਂ ਹੋਇਆ ਬਹੁਤ ਜ਼ਿਆਦਾ ਹੋਇਆ। ਅੱਗੇ ਸਾਡੇ ਪਿੰਡ 'ਚ ਗੰਦੇ ਪਾਣੀ ਦਾ ਕਿਤੇ ਨਾ ਕਿਤੇ ਨਹੀਂ ਹੈਗਾ ਟੋਪ, ਹੁਣ ਬਹੁਤ ਸੋਹਣਾ ਸਾਡਾ ਵਿਕਾਸ ਬਣ ਗਿਆ ਵਾ, ਸਾਨੂੰ ਗਲੀਆਂ ਨਾਲੀਆਂ ਬਹੁਤ ਵਧੀਆ ਬਣ ਗਈਆਂ ਸਾਡੇ ਪਿੰਡ 'ਚ। ਕੀ ਕਹਿਣਾ ਚਾਹੁੰਦੇ ਤੁਸੀਂ ਸਰਪੰਚ ਸਾਹਿਬ ਦੇ ਬਾਰੇ? ਸਾਡੇ ਸਰਪੰਚ ਸਾਹਿਬ ਸਾਡੇ ਹੱਕ 'ਚ ਬਹੁਤ ਵਧੀਆ ਰਹੇ ਨੇ, ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ, ਸਾਰੇ ਪਿੰਡ ਹੀ ਇਹਨਾਂ ਦੇ ਨਾਲ ਖੁਸ਼ ਹੈ ਜੀ, ਇਹ ਨਹੀਂ ਆਉਂਦੇ ਭਾਈ ਕੱਲੇ, ਸਾਰਾ ਪਿੰਡ ਖੁਸ਼ ਹੈ। ਅਤੇ ਜੇ ਗੱਲ ਕਰੀਏ ਹੁਣ ਅੱਗੇ ਇਲੈਕਸ਼ਨ ਵੀ ਆਉਣ ਵਾਲੇ ਆ, ਅਤੇ ਕਿਹਾ ਤੁਸੀਂ ਸਰਪੰਚ ਸਾਹਿਬ ਨੂੰ ਫਿਰ ਮੌਕਾ ਦਿਓਗੇ ਇੱਕ ਵਾਰੀ? ਸਾਡੇ ਵੱਲੋਂ ਪੂਰਾ ਮੌਕਾ ਅਸੀਂ ਦੇਵਾਂਗੇ। ਮਤਲਬ ਕਿ ਤੁਸੀਂ ਸਰਪੰਚ ਸਾਹਿਬ ਨੂੰ ਫਿਰ ਜਿਤਾ ਦਿੱਤਾ ਜੀ? ਅਸੀਂ ਜਿਤਾਵਾਂਗੇ। ਠੀਕ ਠੀਕ ਠੀਕ। ਨਾਮ ਆਪਣਾ ਤੇ ਕਿਹੜਾ ਪਿੰਡ ਹੈ? ਸਰ ਮੇਰਾ ਨਾਮ ਆ ਗੁਰਨਿਵਾਸ ਸਿੰਘ, ਮੇਰਾ ਇਹੀ ਪਿੰਡ ਹੈ ਜੀ ਬਸਤੀ ਦੇ। ਸਰ ਜੀ ਕੀ ਪੁੱਛੀ ਬੋਲੋ ਤੇ, ਹਾਲਾਂਕਿ 4.5 ਸਾਲ ਹੋ ਗਏ ਆ, ਪਹਿਲਾਂ ਸਾਡੇ ਨਾਲ ਦੇ ਪਿੰਡ ਮਾਖਣਪੁਰ ਦੇ ਨਾਲ ਜਿਹੜੀ ਪੰਚਾਇਤ ਇਕੱਠੀ ਸੀਗੀ, ਜੁਆਇੰਟ ਸੀਗੀ, ਅਤੇ ਹੁੰਦਾ ਇਹ ਆ ਕਿ ਉਹਨਾਂ ਦੇ ਪਿੰਡ ਮਜ਼ੋਰਟੀ ਆ ਜ਼ਿਆਦਾ, ਸਾਡਾ ਪਿੰਡ ਛੋਟਾ ਜਿਹਾ, ਕੋਈ 35 ਕੁ ਘਰ ਆ ਜਾਂਦੇ ਇਸ ਦੇ ਵਿੱਚ ਡੇਰੇ ਪਾ ਕੇ ਬਾਹਰ ਵਾਲੇ, ਅਤੇ ਮਤਲਬ ਵੀ ਮਜ਼ੋਰਟੀ ਵਾਲੀ ਜਗ੍ਹਾ 'ਤੇ ਉਹਨਾਂ ਦੀ ਜ਼ਿਆਦਾ ਮੰਨੀ ਜਾਂਦੀ ਸੀ, ਹਰ ਵਾਰ ਰਿਪੀਟ 'ਤੇ ਉਹਨਾਂ ਦੇ ਆਪਣੇ ਪਿੰਡ ਦੇ ਸਰਪੰਚ ਅੱਗੇ ਆਉਂਦੇ ਰਹੇ ਆ, ਅਤੇ ਉਹ ਉਹਨਾਂ ਦੇ ਪਿੰਡ ਦਾ ਹੀ ਵਿਕਾਸ ਹੁੰਦਾ ਰਿਹਾ। ਸਰ ਕੀ ਨਾਮ ਹੈ ਅਤੇ ਕਿਹੜੇ ਪਿੰਡ ਤੋਂ ਰਹਿਣ ਵਾਲੇ? ਮੇਰਾ ਨਾਮ ਪਰਮਿੰਦਰ ਸਿੰਘ ਆ ਜੀ, ਮੈਂ ਬਸਤੀ ਡੇਰਾ ਮਾਖਣਪੁਰ ਤੋਂ ਸਰਪੰਚ ਹਾਂ। ਸਰ ਜੇ ਗੱਲ ਕਰੀਏ, 4.5 ਸਾਲ ਹੋ ਗਿਆ ਤੁਹਾਨੂੰ ਕਿੱਥੋਂ ਸਰਪੰਚ ਬਣੇ ਤੁਸੀਂ, ਤੁਹਾਡੇ ਜੇ ਪਿੰਡ 'ਚ ਕਿੰਨਾ ਕੁ ਵਿਕਾਸ ਹੋ ਚੁੱਕਿਆ ਅਤੇ ਕਿੰਨੇ ਕੁ ਜਿਹੜੇ ਕੰਮ ਅਧੂਰੇ ਰਹਿ ਗਏ ਅਤੇ ਕਿੰਨੇ ਹੋ ਗਏ ਆ, ਕੀ ਦੱਸਣਾ ਕਹਿਣਾ ਚਾਹੁੰਦੇ? ਸਰ ਮੇਰੇ ਪਿੰਡ ਦਾ ਵਿਕਾਸ ਜਿਹੜਾ ਵਾ 70 ਤੋਂ 75% ਜਿਹੜਾ ਤਕਰੀਬਨ ਹੋ ਚੁੱਕਾ, ਔਰ ਪਿਛਲੀ ਸਾਡੀ ਜਿਹੜੀ ਗ੍ਰਾਮ ਪੰਚਾਇਤ ਸੀ ਉਹ ਮਾਖਣਪੁਰ ਦੇ ਨਾਲ ਸੀ, ਔਰ ਮਾਖਣਪੁਰ ਪਿੰਡ ਦੇ ਜਿਹੜੇ ਸਰਪੰਚ ਸੀ ਉਹ ਸਾਡੇ ਪਿੰਡ ਪੈਸਾ ਨਹੀਂ ਲਾਉਂਦੇ, ਔਰ ਐਰਕੀ ਸਾਡੀ ਇਹ ਗ੍ਰਾਮ ਪੰਚਾਇਤ ਜਿਹੜੀ ਅਸੀਂ ਨਵੀਂ ਬਣਾ ਕੇ ਔਰ ਇਸ ਤੱਕ ਆਪਾਂ ਪਹੁੰਚੇ ਹਾਂ, ਅਤੇ ਪਿੰਡ ਬਹੁਤ ਹੀ ਵਧੀਆ ਅਸੀਂ ਕੰਮ ਕਰਾਇਆ ਆਪਣੇ। ਸਰ ਜੀ ਸਾਡੀ ਪੰਚਾਇਤ ਜਿਹੜੀ ਸਰਕਾਰ ਹੈ ਗਲੀਆਂ ਅਤੇ ਨਾਲੀਆਂ ਤੱਕ ਸੀਮਤ ਹੈਗੀਆਂ, ਪਰ ਤੁਸੀਂ ਪਹਿਲੀ ਵਾਰ ਮਤਲਬ ਕਿ ਗਾਓਂ ਪੰਚਾਇਤ ਵਿੱਚ ਆ ਕੇ ਅਤੇ ਪਹਿਲੀ ਵਾਰੀ ਪਿੰਡ ਦੀ ਡਿਵੈਲਪਮੈਂਟ ਇੰਨੀ ਕਰਵਾ ਦਿੱਤੀ ਹੈ। ਸਰ ਫੰਡ ਇਹ ਸੀ ਵੀ ਕੁਛ ਸਾਡੇ ਕੋਲ 14ਵੇਂ ਕਮਿਸ਼ਨ ਦੇ ਪੈਸੇ ਸੀਗੇ,
तो कुछ थोड़ा जहाँ सूँ 5-7 लाख रुपया मिल गया सीगा पिछली सरकार ने सानू दिता सीगा ते कुछ आपां जिहड़ा सीगा वो नरेगा दे थ्रू भी आपां काम जिहड़ा इह कराया सीगा इस करके वो साडा थोड़ी बहुती जिहड़ी है आपां और सब तो वड्डी गल है कि मेरी पिंड वालिआं ने मेरा बहुत ही ज़्यादा साथ दिता सी। तो सर जो गल करिए बाकी शमशान घाटे शमशान घाट की कुछ इतों की थोड़ी हालात खस्ता हालात है सर ये बारे की कहना चाहते हो? इस तरह से भी जिन्ना तुसी मेरे पिंड जाके वेख लो कि जिन्ना सानू पैसा आया सीगा वो बहुत ही वधिया चंगे ढंग दे नाल असीं पिंड की डिवेलपमेंट की है और साढ़े जिहड़े काम अधूरे रहिंदे आ सब तो वड्डी हुण जिहड़ी सानू लोड़ आ मैं तो बेनती करांगा पंजाब सरकार अगे और साढ़े मंत्री साहब अगे कि सानू थोड़ा बहुत जिहड़ा फंड मुहैया कराया जाए और साढ़े शमशान घाट का हालात बहुत माड़ी है कंधा चार सवेरे डिग चुकी है तुसीं वेख चुके हो और जिहड़ा साडा रस्ता वा इह पिंड तों लै के ते इत्थों तक शमशान घाट तक ये बहुत ही माड़ा जदों किते बरसात हुंदी है ते इत्थों दी लंघिया नहीं जांदा और जदों ज़्यादा कोई गर्मी ज़्यादा पैंदी है ते उदों ये मिट्टी जिहड़ी है बिल्कुल ये तां नूं उड़दी है ते और लोकां जिहड़े रिश्तेदार भैण भरा आउंदे आ ते ओह बहुत ही उहनां दी बुरी हालात हुंदी। सर एक मतलब जो गल करिए जिले पंजाब दे विच इक तुहाडी पंचायत इदां दी जिथे 75% कम होए आ 25% वाले पिंड ही रह गए आ सर की कहना चाहते हो इस बारे? मैं तो ये कहना चाहता मेरा पिंड ने बहुत साथ दिता जी और जो भी पिंड वाले नाल उन्होंने आप ट्रैक्टर लैके आप मेरी हैल्प मुंडे ने ट्राली जिते कि लोड़ पी है सानू मिट्टी की वो मिट्टी नाल मेरे पिंड ने बहुत मेरा साथ दिता जिते कि लोड़ सी उत्थे मेरा पिंड ने बहुत साथ दिता। नहीं सर तुहाडा ते प्यार अभी देखा भी है पिंड च एक गली च गए भी है वो गली थोड़ी जी मेहनत कच्ची भी रह गई है पर उन्होंने भी कहना गया सरपंच साहब सानू आश्वासन दिता गया कि तुहाडा काम जल्दी जल्दी लवाया जाएगा। मैं कहा जी वो तुम जी सड़क देख के आए हो ना वो सड़क के अज साढ़े सैकटरी साहब बदल गए तो वो नवे आए हैं तो अज ही मैं सवेरे का प्रोसैस शुरू किया वा सड़क।